ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪਾਂ ਮਾਛੀਵਾੜਾ ਸਾਹਿਬ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਆਏ ਹਾਂ ਜੀ। ਕਰੀਏ ਆਪਾਂ ਸਾਰੇ ਦਰਸ਼ਨ ਅਤੇ ਨਾਲ ਨਾਲ ਇਤਿਹਾਸ ਦੀ ਸਾਂਝ ਪਾਈਏ ਜੀ। ਇਹੋ ਹੀ ਸਥਾਨ ਹੈ ਜੀ ਜਿੱਥੋਂ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਫਿਰ ਗੁਰਸਿੱਖ ਪਿਆਰਿਆਂ ਨੂੰ ਦੱਸ ਕੇ ਆਏ ਸੀ ਕਿ ਅਸੀਂ ਜੰਗਲੋ ਜੰਗਲੀ ਜਾਣਾ ਹੈ ਅਤੇ ਇੱਥੇ ਆ ਕੇ ਸਤਿਗੁਰੂ ਜੀ ਰੁਕੇ ਮਾਛੀਵਾੜੇ ਸਾਹਿਬ। ਤਾਰੇ ਦੀ ਸੇਧ ਸਮਝਾ ਦਿੱਤੀ ਕਿ ਇਹਦੇ ਸੇਧ ਦੇ ਨਾਲ ਤੁਸੀਂ ਆ ਜਾਣਾ ਅਤੇ ਸਤਿਗੁਰੂ ਜੀ ਨੇ ਇਸ ਸਥਾਨ 'ਤੇ ਆ ਕੇ ਅੱਜ ਇੱਥੇ ਹੁਣ ਆਪਾਂ ਦਰਸ਼ਨ ਕਰਨ ਲੱਗੇ ਹਾਂ। ਇਤਿਹਾਸਕ ਖੂਹ ਆ ਜੀ, ਇੱਥੇ ਮਹਾਰਾਜ ਜੀ ਨੇ 8 ਪੋਹ ਦੀ ਰਾਤ ਨੂੰ ਪਹੁੰਚੇ ਆ ਮਾਛੀਵਾੜੇ ਸੰਘਣੇ ਜੰਗਲਾਂ ਦੇ ਵਿੱਚ ਅਤੇ ਇਸ ਖੂਹ ਤੋਂ ਆ ਕੇ ਜਲ ਛਕਿਆ ਸੀ ਮਹਾਰਾਜ ਜੀ ਨੇ। ਅਜੇ ਦੇ ਹੁਣ ਤੁਸੀਂ ਸਾਰੇ ਦਰਸ਼ਨ ਕਰ ਰਹੇ ਹਾਂ। ਕਰੋ ਜੀ ਦਰਸ਼ਨ, ਉੱਪਰ ਫਾਈਬਰ ਲੱਗੀ ਹੋਈ ਹੈ, ਉੱਦਾਂ ਕੋਸ਼ਿਸ਼ ਕੀਤੀ ਆ ਕਿ ਥੱਲਿਓਂ ਦਰਸ਼ਨ ਹੋ ਜਾਣ। ਇੱਦਾਂ ਜੋ ਸਿੱਧੇ ਦਰਸ਼ਨ ਕਰੀਏ ਉਦੋਂ ਤਾਂ ਦਰਸ਼ਨ ਹੁੰਦੇ ਆ, ਕੈਮਰੇ ਦੇ ਰਾਹੀਂ ਕਈ ਵਾਰੀ ਪੂਰੀ ਗੱਲ ਨਹੀਂ ਵੀ ਬਣਦੀ, ਪਰ ਫਿਰ ਵੀ ਦਰਸ਼ਨ ਹੋ ਰਹੇ ਆ। ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਆ ਜੀ। ਇੱਥੇ ਆ ਮੁੱਖ ਦਰਬਾਰ ਸਾਹਿਬ ਆ, ਇਸ ਅਸਥਾਨ 'ਤੇ ਆ ਕੇ ਸਤਿਗੁਰੂ ਜੀ ਨੇ ਫਿਰ ਉਹ ਦੇਖੋ ਉੱਪਰ ਸਰੂਪ ਵੀ ਲੱਗਾ ਕਿ ਟਿੰਡ ਦਾ ਸਿਰਹਾਣਾ ਸਤਿਗੁਰੂ ਜੀ ਨੇ ਲਾ ਕੇ ਆਰਾਮ ਕੀਤਾ ਜੀ। ਬਹਿਲੌਲਪੁਰ ਤੋਂ ਹੋਰ ਅਸਥਾਨਾਂ ਤੋਂ ਵੀ ਹੁੰਦੇ ਹੋਏ ਸਤਿਗੁਰੂ ਜੀ ਇੱਥੇ ਪਹੁੰਚੇ, ਝਾੜ ਸਾਹਿਬ ਵੀ ਗਏ ਆ। ਆ ਉਹ ਜਾਂਡੇ ਆ ਜੀ ਜਿਹਦੇ ਥੱਲੇ ਸਤਿਗੁਰੂ ਜੀ ਨੇ ਟਿੰਡ ਦਾ ਸਿਰਹਾਣਾ ਲਾ ਕੇ ਆਰਾਮ ਕੀਤਾ ਸੀ। ਕਰੋ ਦਰਸ਼ਨ, ਦੇਖੋ ਉਦੋਂ ਦੀਆਂ ਨਿਸ਼ਾਨੀਆਂ ਉਹਨਾਂ ਦੇ ਪਿਆਰਿਆਂ ਨੇ ਸਾਂਭੀਆਂ ਹੋਈਆਂ ਆ। ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਗੁਰਦੁਆਰਾ ਚਵਾਰਾ ਸਾਹਿਬ। ਚਾਰ ਇੱਥੇ ਇਤਿਹਾਸਕ ਸਥਾਨ ਆ ਜੀ। ਪਹਿਲੇ ਸਥਾਨ 'ਤੇ ਆਪਾਂ ਦਰਸ਼ਨ ਕਰਕੇ ਹਟੇ ਹਾਂ ਗੁਰਦੁਆਰਾ ਚਰਨ ਕਮਲ ਸਾਹਿਬ ਜੀ। ਦੂਸਰਾ ਸਥਾਨ ਇਹ ਹੈ ਜੀ ਇਹਦੇ ਹੁਣ ਦਰਸ਼ਨ ਕਰਨ ਲੱਗੇ ਹਾਂ ਗੁਰਦੁਆਰਾ ਚਵਾਰਾ ਸਾਹਿਬ। ਤੀਸਰਾ ਹੈਗਾ ਆ ਗੁਰਦੁਆਰਾ ਸ਼੍ਰੀ ਗਨੀ ਖਾਂ ਜੀ ਅਤੇ ਸ਼੍ਰੀ ਨਵੀ ਖਾਂ ਜੀ। ਅਤੇ ਚੌਥਾ ਗੁਰਦੁਆਰਾ ਆ ਸ਼੍ਰੀ ਕਿਰਪਾਨ ਭੇਂਟ ਸਾਹਿਬ। ਆਪਾਂ ਸਾਰਿਆਂ ਨੂੰ ਦਰਸ਼ਨ ਕਰਦੇ ਨਾਲ ਇਤਿਹਾਸ ਦੀ ਸਾਂਝ ਪਾਉਂਦੇ ਹਾਂ। ਗੁਰਦੁਆਰਾ ਚਵਾਰਾ ਸਾਹਿਬ ਜੀ ਦਾ ਇਤਿਹਾਸ ਹੈ ਜੀ, ਜੋ ਸਤਿਗੁਰੂ ਜੀ ਚਰਨ ਕਮਲ ਸਾਹਿਬ ਜਿਹੜੇ ਆਪਾਂ ਸਥਾਨ ਦੇ ਦਰਸ਼ਨ ਕੀਤੇ ਉਹ ਗੁਲਾਬੇ ਅਤੇ ਪੰਜਾਬੀ ਦਾ ਖੂਹ ਸੀ, ਬਾਗ ਸੀ। ਉੱਥੇ ਜਦੋਂ ਬਾਗ ਦੇ ਰਾਖੇ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਆ ਕੇ ਗੁਲਾਬੇ ਪੰਜਾਬੀ ਨੂੰ ਦੱਸਿਆ ਸਤਿਗੁਰੂ ਜੀ ਨੂੰ ਘਰ ਲੈ ਕੇ ਆਏ। ਇੱਥੇ ਹੀ ਮਾਤਾ ਹਰਦੇਈ ਸੀ ਜਿਹੜੀ ਗੁਰੂ ਜੀ 'ਤੇ ਬਹੁਤ ਸ਼ਰਧਾ ਰੱਖਦੀ, ਸਤਿਗੁਰੂ ਜੀ ਲਈ ਪੁਸ਼ਾਕ ਤਿਆਰ ਕੀਤੀ ਸੀ ਅਤੇ ਉਹ ਪੁਸ਼ਾਕ ਸਤਿਗੁਰੂ ਜੀ ਨੂੰ ਭੇਟਾ ਕੀਤੀ, ਅੰਤਿਮ ਇੱਛਾ ਉਹਦੀ ਪੂਰੀ ਕੀਤੀ। ਸਤਿਗੁਰੂ ਜੀ ਨੇ ਲਲਾਰੀਆਂ ਦੇ ਕੋਲੋਂ ਉਹ ਪੁਸ਼ਾਕ ਨੂੰ ਨੀਲਾ ਰੰਗ ਚੜਵਾਇਆ ਸੀ। ਉਹ ਬਹੁਤ ਵੱਡਾ ਇਤਿਹਾਸ ਆ, ਆਪਾਂ ਦੀਵਾਨ ਦੇ ਵਿੱਚ ਸਾਂਝ ਪਾਵਾਂਗੇ। ਅਤੇ ਜਿਹੜੇ ਮਟਰ ਦੇ ਵਿੱਚ ਉਹ ਨੀਲਾ ਰੰਗ ਚੜਵਾਇਆ ਸੀ ਉਸ ਚੋਲੇ ਨੂੰ, ਉਹ ਅੱਜ ਵੀ ਮੱਟ ਇਸ ਪਾਵਨ ਸਥਾਨ ਵਿਖੇ ਸੁਸ਼ੋਭਿਤ ਆ। ਉਹ ਮੱਟ ਦੇ ਆਪਾਂ ਦਰਸ਼ਨ ਕਰਦੇ ਹਾਂ। ਦਰਸ਼ਨ ਕਰੋ ਜੀ ਦਰਬਾਰ ਸਾਹਿਬ ਜੀ ਦੇ, ਗੁਰਦੁਆਰਾ ਸ਼੍ਰੀ ਚਵਾਰਾ ਸਾਹਿਬ। ਮੈਂ ਪਹਿਲਾਂ ਵੀ ਸਾਂਝ ਪਾ ਚੁੱਕਾ ਕਿ ਇਹ ਗੁਲਾਬੇ ਅਤੇ ਪੰਜਾਬੀ ਦਾ ਘਰ ਆ ਜੀ, ਘਰ ਹੁੰਦਾ ਸੀ। ਉਹ ਖੂਹ ਸੀ, ਬਾਗ ਸੀ ਜਿੱਥੇ ਸਤਿਗੁਰੂ ਜੀ ਪਹਿਲਾਂ ਆ ਕੇ ਵਿਰਾਜਮਾਨ ਹੋਏ ਆ। ਅੰਦਰੋਂ ਦਰਬਾਰ ਸਾਹਿਬ ਦੇ ਕਰੋ ਦਰਸ਼ਨ ਅਤੇ ਆਪਾਂ ਉਸ ਹੁਣ ਮੱਟ ਦੇ ਵੀ ਦਰਸ਼ਨ ਕਰਾਂਗੇ, ਜਿਹੜੇ ਮੱਟ ਦੇ ਵਿੱਚ ਸਤਿਗੁਰੂ ਜੀ ਦੇ ਚੋਲਾ ਸਾਹਿਬ ਜੀ ਨੂੰ ਵਸਤਰਾਂ ਨੂੰ ਨੀਲਾ ਰੰਗ ਚੜਾਇਆ, ਉਹੀ ਸਤਿਗੁਰੂ ਜੀ ਵਸਤਰ ਪਹਿਨ ਕੇ ਆਇਆ ਜੀ ਮੱਠ, ਉਹੀ ਵਸਤਰ ਪਹਿਨ ਕੇ ਸਤਿਗੁਰੂ ਜੀ ਉੱਚ ਦੇ ਪੀਰ ਬਣ ਕੇ ਫਿਰ ਸਤਿਗੁਰੂ ਜੀ ਗਏ ਆ। ਆ ਮੱਠ ਆ ਜੀ ਬੜਾ ਸਾਂਭ ਕੇ ਰੱਖਿਆ ਹੋਇਆ, ਇਹ ਪਾਵਨ ਚੀਜ਼ਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਔਖੀ ਹੁੰਦੀ ਹੈ, ਧਾਨਿਆਂ ਸਾਂਭ ਸੰਭਾਲ ਕਰਨ ਵਾਲੇ। ਅਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇੱਕ ਵੀਡੀਓ ਵਿੱਚ ਕਿ ਧੰਨ ਆਪਣੀਆਂ ਅੱਖਾਂ ਵੀ ਜਿਹੜੀਆਂ ਇਹ ਦਰਸ਼ਨ ਕਰ ਰਹੀਆਂ ਆ, ਹੁਣ ਧੰਨ ਹੋ ਰਹੀਆਂ ਅੱਖਾਂ ਜੀ। ਹੁਣ ਆਪਾਂ ਆਏ ਹਾਂ ਜੀ ਗੁਰਦੁਆਰਾ ਗਨੀ ਖਾਂ ਨਵੀ ਖਾਂ।
ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ। ਫਿਰ ਇਹ ਗਨੀ ਖਾਂ ਅਤੇ ਨਵੀ ਖਾਂ ਦਾ ਘਰ ਸੀ। ਸਤਿਗੁਰੂ ਜੀ ਗੁਲਾਬੇ ਪੰਜਾਬੀ ਦੇ ਕੋਲੋਂ ਫਿਰ ਇੱਥੇ ਆਏ ਆ ਜੀ। ਗਨੀ ਖਾਂ ਨਵੀ ਖਾਂ ਹੁਣੀ ਬੇਨਤੀ ਕਰਕੇ ਲੈ ਕੇ ਸਤਿਗੁਰੂ ਜੀ ਆਪਣੇ ਘਰ ਵਿੱਚ ਚਰਨ ਪਾਓ। ਆ ਅੰਦਰ ਵੜਦੇ ਹੀ ਗਨੀ ਖਾਂ ਅਤੇ ਨਵੀ ਖਾਂ ਜੀ ਦੀਆਂ ਸਮਾਧਾਂ ਆ, ਕਬਰਾਂ ਆ। ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮਨਾਮਾ ਜਿਹੜਾ ਆਪਣੇ ਹੱਥੀਂ ਲਿਖ ਕੇ ਦੇ ਕੇ ਗਿਆ ਸੀ, ਇਹਨੂੰ ਤੁਸੀਂ ਰੋਕ ਕੇ ਵੀਡੀਓ ਨੂੰ ਪੜ੍ਹ ਸਕਦੇ ਹਾਂ। ਇਹ ਮੁਬਾਰਕ ਸਥਾਨ ਗਨੀ ਖਾਂ ਅਤੇ ਨਵੀ ਖਾਂ ਜੀ ਦਾ, ਉਹਨਾਂ ਦੀਆਂ ਕਬਰਾਂ ਸਮਾਧਾਂ ਬਣੀਆਂ ਹੋਈਆਂ ਆ। ਸੰਗਤਾਂ ਦਰਸ਼ਨ ਕਰਦੀਆਂ ਆ, ਨਮਸਕਾਰ ਕਰਦੀਆਂ, ਮੱਥਾ ਟੇਕ ਰਹੀਆਂ ਆ ਜੀ। ਕਰੋ ਤੁਸੀਂ ਵੀ ਦਰਸ਼ਨ। ਵਾਹਿਗੁਰੂ ਜੀ। ਹਰ ਇੱਕ ਕੋਈ ਇੱਕੋ ਜਿਹਾ ਨਹੀਂ ਹੁੰਦਾ। ਹਰੇਕ ਧਰਮ ਦੇ ਵਿੱਚ ਚੰਗੇ ਵੀ ਹੁੰਦੇ, ਮਾੜੇ ਵੀ ਹੁੰਦੇ ਆ। ਹੁਣ ਉਹ ਵੀ ਸੀਗੇ ਜਿਹੜੇ ਸਤਿਗੁਰੂ ਜੀ ਨੂੰ, ਸਤਿਗੁਰੂ ਜੀ ਦੀ ਵਿਰੋਧਤਾ ਕਰਦੇ ਸੀ। ਇਹ ਵੀ ਪਿਆਰੇ ਸੀ ਜਿਹੜੇ ਕਹਿੰਦੇ ਸਤਿਗੁਰੂ ਜੀ ਘਰ ਵਿੱਚ ਚਰਨ ਪਾਓ। ਆ ਅੰਦਰੋਂ ਦਰਬਾਰ ਸਾਹਿਬ ਆ ਜੀ। ਆ ਪਵਿੱਤਰ ਸਥਾਨ ਆ ਕਮਰਾ। ਇੱਥੇ 2 ਦਿਨ ਅਤੇ 2 ਰਾਤਾਂ ਸਤਿਗੁਰੂ ਜੀ ਨੇ ਆਰਾਮ ਕੀਤਾ। 2 ਦਿਨ ਅਤੇ 2 ਰਾਤਾਂ ਇੱਥੇ ਰਹੇ ਆ ਇਸ ਕਮਰੇ ਵਿੱਚ। ਹੁਣ ਆਏ ਹਾਂ ਜੀ ਆਪਾਂ ਗੁਰਦੁਆਰਾ ਸ਼੍ਰੀ ਕਿਰਪਾਨ ਭੇਟ ਸਾਹਿਬ। ਕਰੋ ਦਰਸ਼ਨ ਵਾਲੇ ਇਤਿਹਾਸ ਦੀ ਸਾਂਝ ਪਾਉਂਦੇ ਹਾਂ। ਜਿਹੜੇ ਆਪਾਂ ਪਹਿਲਾਂ ਸਥਾਨ ਦੇ ਦਰਸ਼ਨ ਕੀਤੇ ਆ ਗੁਰਦੁਆਰਾ ਗਨੀ ਖਾਂ ਜੀ, ਨਵੀ ਖਾਂ ਜੀ ਦੇ, ਉੱਥੋਂ ਸਤਿਗੁਰੂ ਜੀ ਨੇ ਫਿਰ ਉੱਚ ਦੇ ਪੀਰ ਦਾ ਰੂਪ ਧਾਰਿਆ। ਗਨੀ ਖਾਂ, ਨਵੀ ਖਾਂ, ਪਿਆਰੇ ਧਰਮ ਸਿੰਘ ਅਤੇ ਭਾਈ ਮਾਨ ਸਿੰਘ, ਇਹਨਾਂ ਨੇ ਪਲੰਘ ਸਤਿਗੁਰੂ ਦੇ ਚੱਕਿਆ ਸੀ। ਅਤੇ ਪਿਆਰੇ ਦਇਆ ਸਿੰਘ ਜੀ ਚੌਰ ਸਾਹਿਬ ਕਰਦੇ ਸੀ, ਉਹ ਸੇਵਾ ਕਰਦੇ ਸੀਗੇ। ਅਤੇ ਜਦੋਂ ਚਮਕੌਰ ਦੀ ਗੜੀ ਵਿੱਚ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਨਹੀਂ, 10,000 ਫੌਜ ਦੀ ਟੁਕੜੀ ਫਿਰ ਸਤਿਗੁਰੂ ਜੀ ਨੂੰ ਦੀ ਭਾਲ ਕਰ ਰਹੀ ਸੀ। ਅਤੇ ਦਿਲਾਵਰ ਖਾਂ ਜਿਹੜਾ ਸੀ ਉਹਨੇ ਮਾਛੀਵਾੜੇ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ। ਸਤਿਗੁਰੂ ਜੀ ਦੇ ਵੀ ਨੀਲਾ ਬਾਣਾ ਪਾਇਆ ਹੋਇਆ ਸੀ। ਜਿੰਨੇ ਸਤਿਗੁਰੂ ਜੀ ਦੇ ਨਾਲ ਪਿਆਰੇ ਸੀ, ਪਲੰਘ ਉਠਾਉਣ ਵਾਲੇ, ਚੌਰ ਸਾਹਿਬ ਕਰਨ ਵਾਲੇ ਪਾਏ, ਪਿਆਰੇ ਦਇਆ ਸਿੰਘ ਜੀ, ਸਾਰੇ ਨੀਲਾ ਬਾਣਾ ਪਾਇਆ ਹੋਇਆ ਸੀ। ਕਿਉਂਕਿ ਬਹਾਵਲਪੁਰ ਦੇ ਪਾਕਿਸਤਾਨ ਦੇ ਵਿੱਚ ਆ ਸੂਫੀ ਫਕੀਰ ਅੱਜ ਵੀ ਕੇਸਾ ਧਾਰੀਆ ਅਤੇ ਨੀਲੇ ਕੱਪੜੇ ਪਾਉਂਦੇ ਆ। ਅਤੇ ਉਹਨੇ ਪੁੱਛਿਆ ਫਿਰ ਦਿਲਾਵਰ ਖਾਨ ਨੇ ਕੌਣ ਆ, ਕਿੱਥੇ ਜਾ ਰਹੇ? ਅਤੇ ਨਵੀ ਖਾਂ ਫਿਰ ਬੋਲਿਆ, ਕਹਿੰਦੇ ਸਾਡੇ ਉੱਚ ਦੇ ਪੀਰ ਆ, ਪਵਿੱਤਰ ਅਸਥਾਨਾਂ ਦੀ ਜਹਾਰਤ ਕਰਨ ਜਾ ਰਹੇ ਹਾਂ ਅਸੀਂ। ਸਵੇਰ ਦਾ ਸਮਾਂ ਸੀ ਅਤੇ ਉਹ ਕਹਿੰਦੇ ਵੀ ਸ਼ਨਾਖਤ ਕੀਤੀ ਤੋਂ ਬਗੈਰ ਜਾਣ ਨਹੀਂ ਦੇਣਾ ਤੁਹਾਡੇ ਪੀਰ ਨੂੰ ਸਾਡੇ ਨਾਲ ਖਾਣਾ ਖਾਣ ਆ ਕੇ। ਉਹ ਕਹਿੰਦੇ ਸਾਡੇ ਤਾਂ ਪੀਰ ਦੇ ਰੋਜ਼ੇ ਚੱਲ ਰਹੇ ਆ, ਇਸ ਕਰਕੇ ਉਹਨਾਂ ਨੇ ਕੁਛ ਛਕਣਾ ਨਹੀਂ। ਸਾਡੇ ਪੀਰ ਜੀ ਰੋਜ਼ੇ 'ਤੇ ਆ, ਅਸੀਂ ਤੁਹਾਡੇ ਖਾਣੇ ਦੇ ਵਿੱਚ ਸਾਰੇ ਸ਼ਰੀਕ ਹੋਵਾਂਗੇ। ਫਿਰ ਪਿਆਰੇ ਦਇਆ ਸਿੰਘ ਜੀ ਕਹਿੰਦੇ, ਮਹਾਰਾਜ ਜੀ ਤੁਸੀਂ ਤਾਂ ਕਹਿਤਾ ਸਾਡੇ ਰੋਜ਼ੇ ਆ, ਪਰ ਹੁਣ ਅਸੀਂ ਸਤਿਗੁਰੂ ਜੀ ਨੇ ਫਿਰ ਆਪਣੇ ਕਮਰ ਕੱਸੇ ਦੇ ਵਿੱਚ ਉਹ ਸ਼੍ਰੀ ਸਾਹਿਬ ਦਿੱਤਾ ਛੋਟਾ ਕੱਢ ਕੇ, ਕਹਿੰਦੇ ਕਿ ਪਿਆਰੇ ਉਹ ਛਕਣ ਤੋਂ ਪਹਿਲਾਂ ਇਹਨੂੰ ਭੇਟ ਕਰ ਦਿਓ। ਇਹਨੂੰ ਭੇਂਟ ਕਰਨ ਦੇ ਨਾਲ ਜਿਹੜਾ ਵੀ ਖਾਣਾ ਹੋਊ ਉਹ ਕੜਾਹ ਪ੍ਰਸ਼ਾਦ ਬਣ ਜਾਊਗਾ। ਅਤੇ ਜਦੋਂ ਫਿਰ ਪ੍ਰਸ਼ਾਦਾ ਪਾਣੀ ਛਕਣ ਲੱਗੇ, ਉਹਨਾਂ ਨੇ ਆਪਣੇ ਮੁਸਲਮਾਨੀ ਤਰੀਕੇ ਦੇ ਨਾਲ ਸਭ ਕੁਝ ਤਿਆਰ ਕਰਵਾਇਆ ਮਾਸ। ਅਤੇ ਜਦੋਂ ਸ਼੍ਰੀ ਸਾਹਿਬ ਭੇਟ ਕੀਤਾ ਪਿਆਰਿਆਂ ਨੇ, ਉਹਨਾਂ ਨੇ ਕਿਹਾ ਇਹ ਕਿਉਂ ਕਰ ਰਹੇ ਹਾਂ? ਅਤੇ ਫਿਰ ਗਨੀ ਖਾਂ ਅਤੇ ਨਵੀ ਖਾਂ ਨੇ ਕਿਹਾ ਕਿ ਇਹ ਮੱਕੇ ਤੋਂ ਹੁਕਮ ਆਇਆ ਆ ਕਿ ਖਾਣਾ ਖਾਣ ਤੋਂ ਪਹਿਲਾਂ ਘਰ ਦੇ ਵਿੱਚ ਫੇਰੋ, ਘਰ ਦੇ ਭੇਟ ਕਰੋ। ਜਦੋਂ ਸ਼੍ਰੀ ਸਾਹਿਬ ਭੇਟ ਕੀਤਾ ਸੀ, ਉਹਨਾਂ ਨੇ ਆਪਣੀ ਜ਼ੁਬਾਨ ਦੇ ਨਾਲ ਆਪਣੇ ਤਰੀਕੇ ਨਾਲ ਸਮਝਾਇਆ। ਫਿਰ ਕਾਜੀ ਨੂਰ ਮੁਹੰਮਦ, ਜੋ ਸਤਿਗੁਰੂ ਜੀ ਦਾ ਮਿੱਤਰ ਹੀ ਸੀ, ਉਹਨੂੰ ਨੂਰਪੁਰ ਪਿੰਡੋਂ ਸੱਦਿਆ ਗਿਆ ਸ਼ਨਾਖਤ ਕਰਨ ਵਾਸਤੇ ਸਤਿਗੁਰੂ ਜੀ ਦੀ। ਉਹ ਸਤਿਗੁਰੂ ਜੀ ਦੇ ਚੋਜਾਂ ਤੋਂ ਜਾਣੂ ਸੀ। ਉਹਨੇ ਫਿਰ ਆ ਕੇ ਦਿਲਾਵਰ ਖਾਂ ਨੂੰ ਕਿਹਾ ਕਿ ਤੂੰ ਬਹੁਤ ਵੱਡਿਆਂ ਭਾਗਾਂ ਵਾਲਾ ਆ, ਕਿਉਂਕਿ ਇਹ ਉੱਚ ਦੇ ਪੀਰ ਨੇ ਤੈਨੂੰ ਕੋਈ ਬਦ ਦੁਆ ਨਹੀਂ ਦਿੱਤੀ ਪਲੰਘ ਰੋਕਣ 'ਤੇ, ਇਸ ਕਰਕੇ ਇਹਨਾਂ ਨੂੰ ਜਾ ਲੈਣ ਦੇ। ਇਹ ਉੱਚ ਦੇ ਪੀਰ ਪੀਰਾਂ ਦੇ ਪੀਰ ਆ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨੇ ਫਿਰ ਮਾਫ਼ੀ ਮੰਗੀ, ਉਹਨੇ ਇੱਕ ਬੇਨਤੀ ਕੀਤੀ, ਦਿੱਲੀ ਤੁਰਨ ਲੱਗੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਰੀ ਭੇਟ ਨਾ ਹੋਵੇ ਤਾਂ ਮੈਂ ਪੀਰ ਦੇ ਚਰਨਾਂ ਦੇ ਵਿੱਚ 500 ਮੋਹਰਾਂ ਚੜ੍ਹਾਊਂਗਾ। ਅਤੇ ਉਹਨੇ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ 500 ਮੋਹਰਾਂ ਰੱਖੀਆਂ, ਜਿਹੜੀਆਂ ਸਤਿਗੁਰੂ ਜੀ ਨੇ ਗਨੀ ਖਾਂ ਅਤੇ ਨਵੀ ਖਾਂ ਨੂੰ ਇਹ ਦੇ ਦਿੱਤੀਆਂ ਸੀ। ਅਤੇ ਇਹ ਜਿਹੜੀ ਕਿਰਪਾਨ ਸਤਿਗੁਰੂ ਜੀ ਨੇ ਆਪਣੇ ਪਿਆਰਿਆਂ ਦੇ ਕੋਲ ਇੱਥੇ ਭੇਟ ਕਰਵਾ ਕੇ ਉਹ ਮੀਟ ਨੂੰ, ਮਾਸ ਨੂੰ ਕੜਾਹ ਪ੍ਰਸ਼ਾਦ ਬਣਾਇਆ,
ਤੇ ਇਸ ਤੋਂ ਅੱਗੇ ਫਿਰ ਇਹ ਮਰਿਆਦਾ ਤੁਰੀ ਆ ਕਿ ਜਦੋਂ ਆਪਾਂ ਪ੍ਰਸ਼ਾਦੇ ਨੂੰ ਭੋਗ ਲਵਾਉਣਾ, ਕੜਾਹ ਪ੍ਰਸ਼ਾਦ ਨੂੰ ਭੋਗ ਲਵਾਉਣਾ, ਉਦੋਂ ਆਪਾਂ ਸ਼੍ਰੀ ਸਾਹਿਬ ਭੇਂਟ ਕਰੀਦਾ ਆ। ਇਹਦਾ ਅਰਥ ਇਹੀ ਹੁੰਦਾ ਪਿਆਰਿਓ, ਸ਼੍ਰੀ ਸਾਹਿਬ ਭੇਂਟ ਕਰਨ ਦਾ, ਕਿ ਆਪਣੇ ਕੋਲੋਂ ਕੜਾਹ ਪ੍ਰਸ਼ਾਦ ਬਣਾਉਂਦੇ ਹਾਂ, ਪ੍ਰਸ਼ਾਦਾ ਤਿਆਰ ਕਰਦੇ ਹਾਂ, ਕੋਈ ਗਲਤੀ ਹੋ ਗਈ ਆ, ਸ਼੍ਰੀ ਸਾਹਿਬ ਭੇਂਟ ਕਰਨ ਦੇ ਨਾਲ ਉਹ ਸਹੀ ਹੋ ਜਾਂਦਾ ਆ। ਹੁਣ ਕਰੋ ਜੀ ਦਰਸ਼ਨ ਦਰਬਾਰ ਸਾਹਿਬ ਜੀ ਦੇ, ਮਹਾਰਾਜ ਜੀ ਕਿਰਪਾ ਕਰਨ, ਐਸੇ ਗੁਰੂ ਘਰਾਂ ਦੇ ਪਾਵਨ ਸਥਾਨਾਂ ਦੇ ਦਰਸ਼ਨ ਹੁੰਦੇ ਰਹਿਣ। ਅਸੀਂ ਇਹ ਵੀਡੀਓ ਦੇ ਰਾਹੀਂ ਉਸ ਸਥਾਨਾਂ ਦੇ ਦਰਸ਼ਨ ਅਤੇ ਉਸ ਸਥਾਨਾਂ ਦਾ ਇਤਿਹਾਸ ਆਪ ਜੀ ਨੂੰ ਵੀ ਸਰਵਣ ਕਰਵਾਈਏ। ਆਓ ਕਰੋ ਜੀ ਦਰਸ਼ਨ ਹੁਣ ਦਰਬਾਰ ਸਾਹਿਬ ਜੀ ਦੇ। ਇਸ ਤੋਂ ਅੱਗੇ ਗੁਰੂ ਘਰਾਂ ਦੇ ਜਿਹੜੇ ਦਰਸ਼ਨ ਕਰਾਂਗੇ ਉਹਦਾ ਵੀ ਤੁਹਾਨੂੰ ਇਤਿਹਾਸ ਸਰਵਣ ਕਰਵਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।